ਪੰਜਾਬ ਦੇ ਵਾਤਾਵਰਣ ਨੂੰ ਅਸੀਂ ਕਿਸ ਤਰ੍ਹਾਂ ਸਾਫ਼ ਸੁਥਰਾ ਰੱਖ ਸਕਦੇ ਹਾਂ, ਚੰਗੀ ਹਵਾ ਮਿਲੇ, ਚੰਗਾ ਪਾਣੀ ਸ਼ੁੱਧ ਮਿਲੇ, ਉਸ ਦੇ ਲਈ ਆ ਸਮਾਣਾ ਦੇ ਵਿੱਚ ਪੰਜਾਬ ਦੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਵੱਲੋਂ ਵਾਤਾਵਰਣ ਪਾਰਕ ਦੇ ਵਿੱਚ ਫੁੱਟਪਾਥ ਅਤੇ ਓਪਨ ਜਿਮ ਦਾ ਉਦਘਾਟਨ ਕੀਤਾ ਗਿਆ। ਇਸ ਦੇ ਨਾਲ ਨਾਲ ਸਿਕਸ਼ਾਬਿਦ ਡਾਕਟਰ ਸਾਧੂ ਰਾਮ ਸ਼ਰਮਾ ਜਿਨ੍ਹਾਂ ਦੀ 19ਵੀਂ ਪੁੰਨਿਆ ਤਿਥੀ ਸੀ, ਅੱਜ ਵਰਸੀ ਸੀ, ਉਸ ਮੌਕੇ 'ਤੇ ਉਹਨਾਂ ਦੀ ਪ੍ਰਤਿਮਾ 'ਤੇ ਫੁੱਲ ਮਾਲ ਚੜਾਏ ਅਤੇ ਉਹਨਾਂ ਨੇ ਕਿਹਾ ਕਿ ਸ਼੍ਰੀ ਸਾਧੂ ਰਾਮ ਨੇ ਜੋ ਇਸ ਇਲਾਕੇ ਦੇ ਲੋਕਾਂ ਨੂੰ ਸਿੱਖਿਆ ਦਿੱਤੀ, ਅੱਜ ਉਹਦੇ ਬਦੌਲਤ ਉਹਨਾਂ ਕੇ ਪੜ੍ਹਾਏ ਬੱਚੇ ਦੇਸ਼ ਦੇ ਚੰਗੀ ਸੇਵਾ ਕਰ ਰਹੇ ਹੈ ਅਤੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਪੰਜਾਬ ਦੇ ਵਾਤਾਵਰਣ ਨੂੰ ਕਿਸ ਤਰ੍ਹਾਂ ਬਚਾਉਣਾ ਹੈ। ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਅਪੀਲ ਕਰਦੀ ਹੈ ਕਿ ਝੋਨੇ ਕੀ ਪਰਾਲੀ ਨੂੰ ਅੱਗ ਨਾ ਲਾਈ ਜਾਵੇ, ਔਰ ਪਿਛਲੇ ਸਾਲ ਨਾਲੋਂ ਪ੍ਰੋਜੈਕਟ ਵੀ ਲਾਏ ਗਏ, ਪਰਾਲੀ ਦੇ ਕਈ ਪਲਾਂਟ ਲਾਏ ਗਏ ਹੈ ਤਾਂ ਕਿ ਪਰਾਲੀ ਨੂੰ ਖਰੀਦ ਕੇ ਉਸ ਪਰਾਲੀ ਨੂੰ ਉਸਨੇ ਕੰਮ ਲਿੱਤਾ ਜਾ ਸਕੇ ਔਰ ਪੰਜਾਬ ਦੇ ਵਾਤਾਵਰਣ ਨੂੰ ਅਸੀਂ ਸਾਫ਼ ਸੁਥਰਾ ਰੱਖ ਸਕੀਏ। ਝੋਨੇ ਦੀ ਖਰੀਦ ਦੇ ਲਈ ਜਿਹੜੇ ਗੋਦਾਮ ਹੈ ਉਹਦੇ ਵਿੱਚ ਥਾਂ ਨਹੀਂ ਹੈ, ਸਪੇਸ ਨਹੀਂ ਹੈ, ਉਸ ਦੇ ਲਈ ਵੀ ਕੇਂਦਰ ਸਰਕਾਰ ਨਾਲ ਪੰਜਾਬ ਸਰਕਾਰ ਗੱਲਬਾਤ ਕਰ ਰਹੀ ਹੈ। ਸਤਿਕਾਰਯੋਗ ਸਰਦਾਰ ਚੇਤਨ ਸਿੰਘ ਜੀ ਜੋੜਾਮਾਜਰਾ ਸਾਹਿਬ ਔਰ ਉਹਨਾਂ ਦੇ ਨਾਲ ਆਏ ਸਾਰੇ ਸਤਿਕਾਰਯੋਗ ਸੱਜਣ, ਅੱਜ ਅਸੀਂ ਇਲਾਕਾ ਸਮਾਣੇ ਦੇ, ਹਲਕਾ ਸਮਾਣੇ ਦੇ ਉਸ ਸਮੇਂ ਦੇ ਬਹੁਤ ਹੀ ਅਨੁਸ਼ਾਸਨ ਦੇ ਮਾਲਕ, ਅਨੁਸ਼ਾਸਨ ਦੇ ਪੁਜਾਰੀ, ਐਜੂਕੇਸ਼ਨਿਸਟ ਹੈਡ ਮਾਸਟਰ ਸਾਧੂ ਰਾਮ ਜੀ, ਉਹਨਾਂ ਦੀ 19ਵੀਂ ਵਰਸੀ ਅੱਜ ਇੱਥੇ ਮਨਾ ਰਹੇ ਹਾਂ ਔਰ ਹਰ ਸਾਲ ਅਸੀਂ ਇਹ ਮਨਾਉਂਦੇ ਹਾਂ। ਮੰਤਰੀ ਜੀ ਖੁਦ ਹੈਡ ਮਾਸਟਰ ਸਾਹਿਬ ਤੋਂ ਜਾਣੂ ਨੇ, ਉਹਨਾਂ ਦੇ ਜੀਵਨ ਬਾਰੇ ਜਾਣੂ ਨੇ ਕਿ ਕਿੱਦਾਂ ਦੇ ਉਹ ਅਨੁਸ਼ਾਸਨ ਪ੍ਰੇਮੀ ਸੀ, ਔਰ ਉਹਨਾਂ ਤੋਂ ਕਈ ਟੀਚਰਸ ਨੇ ਕਈ ਫੁੱਟਪਾਥ ਦਾ ਔਰ ਓਪਨ ਜਿੰਮ ਦਾ। ਪਿਛਲੇ ਸਾਲ ਅਸੀਂ ਮੰਤਰੀ ਜੀ ਨੂੰ ਮਿਲੇ ਸੀ ਕਿ ਫੁੱਟਪਾਥ ਦੀ ਹਾਲਤ ਹੈ ਜਿਹੜੀ ਜਰਜਰ ਹੋ ਚੁੱਕੀ ਹੈ, ਸੈਰ ਕਰਨ ਵਾਲਿਆਂ ਦੀਆਂ ਠੋਕਰਾਂ ਲੱਗਦੀਆਂ ਨੇ, ਔਰ ਇੱਕ ਤੰਦਰੁਸਤੀ ਨੂੰ ਦੇਖਦੇ ਹੋਏ ਸਾਨੂੰ ਓਪਨ ਜਿੰਮ ਦੀ ਲੋੜ ਹੈ। ਤਾਂ ਸਾਨੂੰ ਔਰ ਇੱਕ ਧਰਮਸ਼ਾਲਾ ਦਾ ਅਸੀਂ ਸਤੀ ਮਾਤਾ ਧਰਮਸ਼ਾਲਾ ਜਿਹੜੀ ਬਣਾਈ ਹੈ ਤਕਰੀਬਨ 3 ਕਰੋੜ ਦੀ ਲਾਗਤ ਦੇ ਨਾਲ, ਉਹਦਾ ਵੀ ਉਦਘਾਟਨ ਕਰਾਇਆ ਸੀ। ਉਸ ਮੌਕੇ 'ਤੇ ਮੰਤਰੀ ਜੀ ਨੇ ਸਾਨੂੰ 10 ਲੱਖ ਰੁਪਈਆ ਦੇਣ ਦਾ ਐਲਾਨ ਕੀਤਾ ਸੀ ਮੰਤਰੀ ਜੀ। ਉਹਦੇ 'ਚੋਂ 5 ਲੱਖ ਰੁਪਈਆ ਜਿਹੜਾ ਮਿਊਂਸਪੈਲਿਟੀ 'ਚ ਆ ਚੁੱਕਿਆ, ਉਹਦਾ ਟੈਂਡਰ ਲੱਗ ਚੁੱਕਿਆ, ਵਰਕ ਆਰਡਰ ਕੱਟ ਚੁੱਕਿਆ ਔਰ ਠੇਕੇਦਾਰ ਨੇ ਲੈ ਚੱਕਿਆ। ਚਲੋ 2-4 ਦਿਨ 'ਚ ਸਾਨੂੰ ਜਿਹੜੀ ਉਹਦੀ ਪੇਮੈਂਟ ਹੈ ਉਹ ਵੀ ਹੋ ਜਾਏਗੀ। ਕੱਲ੍ਹ ਹੀ ਉਹ ਸਾਹਿਬ ਨਾਲ ਮੇਰੀ ਗੱਲ ਕੀਤੀ ਸੀ, ਉਹ ਕਹਿੰਦਾ 2-4 ਦਿਨ 'ਚ ਤੁਹਾਨੂੰ ਫੁੱਲ ਐਂਡ ਫਾਈਨਲ ਪੇਮੈਂਟ ਅਸੀਂ ਠੇਕੇਦਾਰ ਨੂੰ ਕਰ ਦਾਂਗੇ, ਜਿਹੜੇ ਕਿ ਤੁਹਾਨੂੰ ਅੱਗੇ ਟ੍ਰਾਂਸਫਰ ਕਰ ਦੇਣਗੇ। ਅਤੇ ਅਸੀਂ ਤੁਹਾਨੂੰ ਫੁੱਟਪਾਥ ਦਿਖਾਇਆ, ਉਹ ਅੱਧਾ ਤਿਆਰ ਹੋ ਗਿਆ। ਸਭ ਤੋਂ ਪਹਿਲਾਂ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਸਾਧੂ ਰਾਮ ਜੀ, ਉਹਨਾਂ ਦੀ ਜਿਹੜੀ 19ਵੀਂ ਬਰਸੀ ਹੈ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ, ਕਿਉਂਕਿ ਉਹਨਾਂ ਦੀ ਬਦੌਲਤ ਸਾਡੇ ਸ਼ਹਿਰ ਸਮਾਣੇ ਦੇ ਬਹੁਤ ਸਾਰੇ ਬੱਚੇ ਜਿਹੜੇ ਉਹਨਾਂ ਦੇ ਪੜ੍ਹਾਏ ਹੋਏ ਚੰਗੀ ਪੜ੍ਹਾਈ ਦੇ ਕਾਰਨ ਚੰਗੇ ਅਹੁਦਿਆਂ 'ਤੇ ਜਿਹੜੇ ਬਿਰਾਜਮਾਨ ਹੋਏ ਨੇ, ਸੋ ਉਹਨਾਂ ਨੂੰ ਸ਼ਰਧਾ ਸੁਮਨ ਅਰਪਿਤ ਕਰਦਾ। ਔਰ ਅੱਜ ਇੱਥੇ ਵਾਤਾਵਰਨ ਪਾਰਕ ਦੇ ਵਿੱਚ ਪਹੁੰਚੇ ਹਾਂ, ਜਿੱਥੇ ਅਸੀਂ ਪਿਛਲੇ ਸਮੇਂ ਦਰਮਿਆਨ ਗ੍ਰਾਂਟ ਦਿੱਤੀ ਸੀ, ਔਰ ਇੱਥੇ ਓਪਨ ਜਿੰਮ ਔਰ ਜਿਹੜਾ ਸ਼ਹਿਰ ਕਰਨ ਵਾਸਤੇ ਜਿਹੜਾ ਫੁੱਟਪਾਥ ਬਣਿਆ ਹੋਇਆ ਉਹਦੀ ਸਾਰੀ ਜਿਹੜੀ ਹੈਗੀ ਆ ਲੋਕਟਾ ਲਾ ਕੇ ਜਿਹੜਾ ਉਹ ਕੀਤਾ, ਬਾਕੀ ਜਿਹੜਾ ਰਹਿੰਦਾ ਕੰਮ ਹੈ ਉਹਨੂੰ ਵੀ ਜਿਹੜਾ ਹੈਗਾ ਜਲਦੀ ਹੈ ਸ਼ੁਰੂ। ਦੇਖੋ ਇਕੱਲੇ ਪਾਰਕ ਨਹੀਂ, ਜਿੱਥੇ ਇੱਥੇ ਸ਼ਾਸਤਰੀ ਜੀ ਨੇ ਦੱਸਿਆ ਕਿ 1000 ਤਰ੍ਹਾਂ ਦੇ ਉਰੇ ਪੇੜ ਲੱਗੇ ਹੋਏ ਨੇ ਜਿਹੜੇ ਮੈਡੀਕਲ ਨੇ ਜਾਂ ਹੋਰ ਆਕਸੀਜਨ ਛੱਡਦੇ ਨੇ, ਕਿਉਂਕਿ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ
ਪੇੜ ਪੌਦੇ ਲਾਉਣਾ ਬਹੁਤ ਜ਼ਰੂਰੀ ਹੈ। ਜ਼ਿੰਦਗੀ ਸਾਡੀ ਇੰਨੀ ਰੁਝੇਵੇਂ ਭਰੀ ਹੈ, ਅੱਜ ਆਕਸੀਜਨ ਵਾਸਤੇ ਸਾਨੂੰ ਸਿਲੰਡਰ ਲੈਣੇ ਪੈਂਦੇ ਨੇ, ਤਾਂ ਫਿਰ ਕਿਉਂ ਨਾ ਅਸੀਂ ਪੇੜ ਪੌਦੇ ਲਾਈਏ ਤਾਂ ਕਿ ਸਾਨੂੰ ਜਿਹੜੀ ਫ੍ਰੀ ਦੀ ਆਕਸੀਜਨ ਜਿਹੜੀ ਮਿਲੇ, ਨਾਲੇ ਜਿਹੜਾ ਵਾਤਾਵਰਨ ਹੈ ਜਿਹੜਾ ਉਹ ਵੀ ਜਿਹੜਾ ਸ਼ੁੱਧ ਰਹਿੰਦਾ। ਨਹੀਂ ਵੈਸੇ ਤਾਂ ਪਿਛਲੇ ਸਾਲ ਵੀ ਜਿਹੜਾ ਬਹੁਤ ਸਾਰਾ ਜਿਹੜਾ ਫਰਕ ਪਿਆ, ਬਹੁਤ ਸੁਧਾਰ ਹੋਇਆ ਜਿਹੜੀ ਪਰਾਲੀ ਜਲਣ ਦੇ ਵਿੱਚ। ਐਤਕੀ ਮੈਨੂੰ ਲੱਗਦਾ ਐਤਕੀ ਤਾਂ ਪਰਾਲੀ ਮਿਲਣੀ ਹੀ ਨਹੀਂ ਹੈ, ਕਿਉਂਕਿ ਬਹੁਤ ਸਾਰੀ ਇੰਡਸਟਰੀ ਲੱਗ ਚੁੱਕੀ ਆ ਜਿਹਦੀ ਡਿਮਾਂਡ ਵੀ ਬਹੁਤ ਹੈ, ਔਰ ਉਹਦਾ ਪੈਲਟ ਵੀ ਬਣਦੇ ਅਤੇ ਫਿਊਲ ਵੀ ਬਣਦਾ, ਅਤੇ ਉਹਦੇ ਨਾਲ ਹੋਰ ਵੀ ਸੀ ਐਨ ਜੀ ਵਾਲੇ ਜਾਂ ਹੋਰ ਕਈ ਜਿਹੜੇ ਪ੍ਰੋਜੈਕਟ ਲੱਗੇ ਨੇ ਜਿੱਥੇ ਪਰਾਲੀ ਦੀ ਵੱਧ ਤੋਂ ਵੱਧ ਲੋੜ ਪੈਂਦੀ। ਸਾਡੀ ਤਾਂ ਇਹੀ ਹੈ, ਦੇਖੋ ਵਾਤਾਵਰਨ ਅਸੀਂ ਸਾਰਿਆਂ ਨੇ ਬਚਾਉਣਾ, ਸਾਡਾ ਸਾਰਿਆਂ ਦੀ ਰੋਲ ਬਣਦਾ ਕਿ ਅਸੀਂ ਅੱਗ ਨਾ ਲਾਈਏ, ਸਗੋਂ ਉਹਨੂੰ ਜੇ ਲੋੜ ਪਵੇ ਤਾਂ ਉਹਨੂੰ ਖਾਦ ਦੇ ਤੌਰ 'ਤੇ ਵਰਤੀਏ, ਖੇਤ ਦੇ ਵਿੱਚ ਹੀ ਜਿਹੜਾ ਵਹਾਇਆ ਜਾਵੇ। ਦੇਖੋ ਅਸੀਂ ਪਾਰਟੀ ਨਾਲ ਜੁੜੇ ਹੋਏ ਹਾਂ, ਪਾਰਟੀ ਦੇ ਕਾਰਜਕਰਤਾ, ਅਸੀਂ ਆਪਣਾ ਪੂਰਾ ਜ਼ੋਰ ਲਾਵਾਂਗੇ, ਬਾਕੀ ਜੋ ਹੋਣਾ ਉਹ ਪਰਮਾਤਮਾ ਨੂੰ ਮਨਜ਼ੂਰ ਆ। ਸਾਡੀ ਕੋਸ਼ਿਸ਼ ਹੈ ਕਿ ਅਸੀਂ ਸਾਰੀਆਂ ਸੀਟਾਂ ਜਿੱਤੀਏ। ਦੇਖੋ ਪਿਛਲੇ ਦਿਨੀ ਸਾਡੇ ਮੁੱਖ ਮੰਤਰੀ ਸਾਹਿਬ ਵੀ ਜਿਹੜੇ ਕੇਂਦਰੀ ਮੰਤਰੀ ਨੂੰ ਉਹਨਾਂ ਨੇ ਗੱਲਬਾਤ ਕੀਤੀ ਹੈ, ਔਰ ਸਾਡੇ ਜਿਹੜੇ ਫੂਡ ਮਿਨਿਸਟਰ ਨੇ ਉਹਨਾਂ ਨੇ ਵੀ ਗੱਲਬਾਤ ਕੀਤੀ ਹੈ। ਉਮੀਦ ਹੈ ਕਿ ਬਹੁਤ ਜਲਦੀ ਅਸੀਂ ਜਿਹੜੀ ਸਪੇਸ ਹੈ ਇੱਥੇ ਸਪੇਸ ਬਣ ਜੂਗੀ ਔਰ ਕੋਈ ਪ੍ਰੋਬਲਮ ਨਹੀਂ। ਥੈਂਕ ਯੂ। ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।